ਉਹਦੇ ਆਪਣੀ ਬੀਵੀ ਦੇ ਸਾਹਮਣੇ ਸਾਰਾ ਉਹਨੂੰ ਪਤਾ ਸੀ ਸਾਰਾ ਕੁਝ ਉਹਦੇ ਸਾਹਮਣੇ ਹੀ ਕਰਦਾ ਸੀ ਕੀ ਕਰ ਉਹ ਕੀ ਕਹਿੰਦੀ ਸੀ ਉਸ ਦੌਰਾਨ ਕੌਣ ਸਾ ਬੀਵੀ ਤੇਰੀ ਕੀ ਕਰਦੀ ਸੀ ਉਸ ਟਾਈਮ ਕੁਛ ਨਹੀਂ ਨਾਲ ਹੀ ਹੁੰਦੀ ਸੀ ਮੇਰੇ ਬੇਟੀ ਨਾਲ ਹੀ ਖਲੋਤੀ ਰਹਿੰਦੀ ਸੀ ਨਹੀਂ ਲੇਟੀ ਹੁੰਦੀ ਸੀ ਵੇਖਦੀ ਸੀ ਤੈਨੂੰ ਹਾਂਜੀ ਸਰ ਕਹਿੰਦੀ ਨਹੀਂ ਸੀ ਕਦੀ ਬੱਚੀ ਕੀ ਕਰ ਰਹੇ ਨਹੀਂ ਸਰ ਕੀ ਕਹਿੰਦੀ ਸੀ ਉਹ ਆਪਨੇ ਸਭ ਤੋਂ ਪਹਿਲੇ ਘਬਰਾਉਣਾ ਨਹੀਂ ਹੈ दोस्तों इस्लाम एक मजहब और मजहब का मतलब मजे का हब और पाकिस्तानियों ने इस बात को सीने से इतनी अच्छी तरीके से लगा रखी है कि वो ये मजे अपने घर की बहन बेटियों में ढूंढते हैं। दोस्तों आपने ऐसे बहुत से पाकिस्तानी वीडियो देखे होंगे जिनमें पिता अपनी बेटी के साथ गलत काम करते हुए मिलता है, लेकिन दोस्तों आज हम आपको ऐसा वीडियो दिखाने वाले हैं जिसमें आप इस पाकिस्तानी की बातें सुनकर हैरान हो जाएंगे, क्योंकि इस वीडियो में बीबी के कहने पर पति अपनी बेटी के साथ करता है। और दोस्तों पाकिस्तान का ये हाल पाकिस्तानी मौलवियों की वजह से हो रहा है जो कि जीते जागते इंसान को जन्नत का सपना दिखाते हैं और ऐसी करतूत करने पर मजबूर करते हैं। तो दोस्तों वीडियो काफी इंटरेस्टिंग और लाजवाब होने वाला है, इसलिए अंत तक जरूर देखें और वीडियो पसंद आए तो आर न्यूज चैनल को सब्सक्राइब करें और साथ में बेल आइकन को प्रेस कर लें ताकि हमारा नोटिफिकेशन आपको तुरंत प्रभाव से मिल जाए। और मिलते हैं अगले वीडियो में। जय हिंद, राम राम। कुछ नहीं सर, फिर उस तो बाद इन्हें बच्ची ने मेरे को बोल लेना शुरू कर दिया से। की बच्ची मेरे को आनी शुरू हो गई थी। केड़ी बच्ची? सना। केड़ी बच्ची? मेरी बच्ची सर। तेरी बेटी? हां जी सर। अच्छा, कॉल आ गई तेरे? तो कॉल तो तेरे पहले सर, वो वैसे ही पहले सी ना के बड़ी तो तेरे कॉल सी मतलब। हां जी, ये कॉल आ गई है। दस की कॉल आ गई, फिर की होया? कुछ नहीं सर। है कितनी देर पुरानी गल है? केड़ी सर, केड़ी गल? किस हस्ते फड़या गया तू? ਸਰ ਇਧਰੋਂ ਆਨੇ ਆ ਤੂੰ? ਕਿਸ ਵਾਸਤੇ ਫੜਿਆ ਗਿਆ? ਕਿਉਂ ਫੜਿਆ? ਜਨਾ ਦੇ ਕੇਸ ਚ ਹੈ। ਕਿਹਦੇ ਨਾਲ ਜਨਾ ਕੀਤਾ ਹੈ? ਸਨਾ ਦੇ ਨਾਲ ਸਰ। ਸਨਾ ਕੌਣ ਹੈ? ਬੇਟੀ ਸਰ। ਬੇਟੀ? ਹਾਂਜੀ ਸਰ। ਤੇ ਸ਼ਰਮ ਆ ਰਹੀ? ਆ ਰਹੀ ਸਰ। ਕੋਈ ਗੰਦਾ ਇਨਸਾਨ ਹੈ ਤੂੰ? ਇਨਸਾਨ ਹੀ ਨਹੀਂ ਹੈ, ਸ਼ੈਤਾਨ ਟਾਈਪ ਹੈ ਤੂੰ। ਕੋਈ ਸ਼ੈਤਾਨ ਹੀ ਹੈ। ਉਹ ਸਟੋਰੀ ਦੱਸ। ਉਹ ਸਰ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਸੀ, ਮੈਂ ਆਪਣੀ ਬੇਗਮ ਨੂੰ ਨਾ ਕੰਮ ਛੱਡ ਦੇ। ਅੱਛਾ। ਤੇ ਇਹਨੇ ਨੇ ਮੈਂ ਸ਼ਾਦੀ ਕਰ ਲੈਣੀ ਹੈ ਕਿ? ਅੱਛਾ। ਕਿ ਮੈਂ ਛੱਡ ਕੇ ਚਲੇ ਜਾਣਾ? ਕਿਹਦੇ ਨਾਲ ਕਰਨੀ ਸ਼ਾਦੀ? ਬਾਹਰ ਕਾ ਸਾਰੇ ਸ਼ਾਦੀ ਕਰ ਲੈਣੀ ਹੈ, ਚਿੱਤੇ ਨੂੰ ਛੱਡ ਦੇਣਾ। ਠੀਕ ਹੈ। ਫਿਰ ਉਹਨੇ ਸਰ ਮੈਨੂੰ ਬੱਚੀ ਦੇ ਬੱਚੀ ਨੂੰ ਮੇਰੇ ਨਾਲ ਲਾਤਾ ਸੀ ਉਹਨੇ। ਠੀਕ ਹੈ। ਤੂੰ ਨਾਲ ਕੀ ਲਾਤਾ? ਬੱਚੀ ਨੂੰ ਆਂਦੀ ਸੀ ਬੱਚੀ ਨਾਲ ਤੂੰ ਜਿਵੇਂ ਮਰਜ਼ੀ ਕਰ, ਜੋ ਮਰਜ਼ੀ ਕਰ ਤੂੰ। ਅੱਛਾ, ਸ਼ਾਦੀ ਨਾ ਕਰ? ਸ਼ਾਦੀ ਨਾ ਕਰ, ਬੱਚੀ ਨਾ ਕਰ। ਹਾਂਜੀ। ਫਿਰ ਜਿੰਨੀ ਦੇਰ ਬੱਚੀ ਨੇ ਸ਼ੁਰੂ ਕਰਤਾ? ਫਿਰ ਸਰ ਬੱਚੀ ਨੇ ਸ਼ੁਰੂ ਕਰਤਾ। ਕਿੰਨੀ ਦੇਰ ਪਹਿਲੇ ਸ਼ੁਰੂ ਕੀਤਾ? 5-6 ਮਹੀਨੇ ਹੋਏ ਸਰ। 5-6 ਮਹੀਨੇ? ਹਾਂਜੀ ਸਰ। ਅੱਛਾ, ਬੱਚੀ ਆਈ ਕੋਲ ਕੀ ਮਤਲਬ? ਉਸ ਰੋਈ ਨਹੀਂ? ਪਰੇਸ਼ਾਨ ਨਹੀਂ ਆਈ? ਨਹੀਂ ਸਰ। ਨਹੀਂ ਨਹੀਂ ਕਿਸੇ ਨਹੀਂ ਹੋਈ ਕੁਛ ਵੀ ਪਰੇਸ਼ਾਨ? ਨਹੀਂ ਸਰ। ਤੇ ਫਿਰ ਸ਼ੁਰੂ ਕਰਤਾ ਤੂੰ? ਜ਼ਿਆਦਤੀ ਕਰਨੀ ਸ਼ੁਰੂ ਕਰਤੀ? ਹਾਂਜੀ ਸਰ। ਕਿੰਨੀ ਵਾਰੀ? ਉਦੋਂ ਪਹਿਲੀ ਵਾਰੀ ਜਦੋਂ ਆਈ? ਇੱਕ ਵਾਰੀ ਕੀਤੀ ਸੀ। ਫਿਰ ਕਹਿੰਦੇ ਨੇ ਇੱਕ ਦਫਾ ਹੀ ਕਰਦਾ ਸੀ ਸਰ, ਜਦੋਂ ਵੀ ਕਰਦਾ। ਰੋਜ਼? ਨਹੀਂ, ਰੋਜ਼ ਨਹੀਂ। ਹਾਂ, ਕੋ 15 ਦਿਨਾਂ ਬਾਅਦ? ਕੋ 15 ਦਿਨ ਬਾਅਦ ਜ਼ਿਆਦਤੀ ਕਰਦਾ ਸੀ ਆਪਣੀ ਧੀ ਦੇ ਨਾਲ? ਹਾਂਜੀ ਸਰ। ਫਿਰ ਉਸ ਤੋਂ ਬਾਅਦ ਕੀ ਕਰਦਾ ਸੀ? ਫੇਰੀ ਤੇ ਚਲਾ ਜਾਂਦਾ ਸੀ? ਹਾਂਜੀ ਸਰ, ਫੇਰੀ ਤੇ। ਹੈ? ਫੇਰੀ ਤੇ ਚਲਾ ਜਾਂਦਾ ਸੀ। ਅੱਛਾ। ਇਹ ਘਟੀਆ ਕੰਮ ਕਿਉਂ ਕਰਦਾ ਸੀ ਤੂੰ? ਹੈ? ਗੈਰਤਮੰਦ ਆਦਮੀ? ਹਾਂਜੀ ਸਰ। ਗੈਰਤਮੰਦ ਹੈ? ਇਹੋ ਜੀ ਹਰਕਤਾਂ ਕਰਦੇ ਗੈਰਤਮੰਦ ਲੋਕ? ਸਰ ਗਲਤੀ ਹੋ ਗਈ ਸਰ। ਅੱਛਾ, ਗਲਤੀ ਹੋ ਗਈ। ਅੱਛਾ, ਫਿਰ 15 ਦਿਨ ਬਾਅਦ ਮਿਲਦਾ ਸੀ ਆਪਣੀ ਧੀ ਨੂੰ? ਜੀ ਸਰ। ਉਹਦੇ ਆਪਣੀ ਬੀਵੀ ਦੇ ਸਾਹਮਣੇ? ਸਰ ਉਹਨੂੰ ਪਤਾ ਸੀ ਸਾਰਾ ਕੁਝ ਉਹਦੇ ਸਾਹਮਣੇ ਹੀ ਕਰਦਾ ਸੀ। ਕੀ ਕਰ ਉਹ ਕੀ ਕਹਿੰਦੀ ਸੀ ਉਸ ਦੌਰਾਨ? ਕੌਣ ਸਰ? ਬੀਵੀ ਤੇਰੀ ਕੀ ਕਰਦੀ ਸੀ ਉਸ ਟਾਈਮ? ਕੁਛ ਨਹੀਂ, ਨਾਲ ਹੀ ਹੁੰਦੀ ਸੀ ਮੇਰੇ ਬੇਟੀ। ਨਾਲ ਹੀ ਖਲੋਤੀ ਰਹਿੰਦੀ ਸੀ? ਨਹੀਂ, ਲੇਟੀ ਹੁੰਦੀ ਸੀ। ਵੇਖਦੀ ਸੀ ਤੈਨੂੰ? ਹਾਂਜੀ ਸਰ। ਤੇ ਫੇਰ ਕੀ ਕਰਦਾ ਸੀ ਤੂੰ ਉਸ ਤੋਂ ਬਾਅਦ? ਕੁਛ ਨਹੀਂ ਸਰ, ਕਰਕੇ ਫਿਰ ਸੋ ਜਾਂਦਾ ਸੀ। ਸੋ ਜਾਂਦਾ ਸੀ? ਹਾਂਜੀ। ਸਹੀ ਹੈ। ਫਿਰ ਜ਼ਿੰਦਗੀ ਠੀਕ ਚੱਲ ਰਹੀ ਸੀ? ਹਾਂਜੀ, ਹੱਸੀ ਖੁਸ਼ੀ ਸਾਰੇ ਮਾਮਲਾ? ਹਾਂਜੀ ਸਰ, ਸਾਰੇ ਹੱਸੀ ਖੁਸ਼ੀ। ਹਾਂ, ਮਤਲਬ ਠੀਕ। ਇਹ ਤੈਨੂੰ ਕੋਈ ਗਲਤ ਕੰਮ ਨਹੀਂ ਲੱਗਦਾ ਆਪਣੀ ਧੀ ਦੇ ਨਾਲ ਜ਼ਿਆਦਾ ਸਰ ਕਰਨਾ? ਹੱਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਿਹਾ ਸੀ? ਨਹੀਂ ਸਰ, ਗਲਤ ਸੀ ਲੇਕਿਨ। ਠੀਕ ਹੈ। ਫਿਰ ਜਾਂਦਾ ਸੀ ਫੇਰੀ ਪਲਾਨ? ਕਿੰਨੀ ਉਮਰ ਹੈ ਬੱਚੀ ਦੀ? 15 ਸਾਲ, 14-15। ਸਕੂਲ ਪਾਇਆ? ਪਾਇਆ ਸੀ ਸਰ, ਨਹੀਂ ਸੀ ਪੜ੍ਹੀ। ਨਹੀਂ ਪੜ੍ਹੀ ਸੀ? ਨਹੀਂ ਪੜ੍ਹੀ। ਫਿਰ ਤੂੰ ਕਹਿ, ਤੂੰ ਫਿਰ ਪੜ੍ਹਾਉਣਾ ਸ਼ੈਤਾਨ? ਫਿਰ ਤੂੰ ਪੜ੍ਹਾਉਣਾ ਸ਼ੁਰੂ ਕਰਤਾ? ਨਹੀਂ ਸਰ। ਕੀ ਕੀਤਾ? ਕੀ ਕਰਦਾ ਰਿਹਾ?
बस सर गलती हो गई। पहले भी इंज दई सी घर चो भी एवं हरकत करता सी अपने? नहीं सर। हाँ दो बच्चे पैदा किते बीवी तेरी कोल है की हरकत की थी? किन्नी देर मुसलसल की थी? पांच छे महीने सर। पांच छे महीने करता रहे? कहती नहीं सी कदी बच्ची क्या की कर रहे? नहीं सर। की कहती सी? कुछ नहीं कदी कुछ नहीं किया। आजकल मैं सुत्ता ना तो कोल पै जी सुबह उठना कोल पई होंगी सी सर। अच्छा फिर पढ़िया कह गया हूँ स्टोरी सुना? पढ़िया सर इंच ही मसिक ने जो घरों लड़के गया सी उदो ने बीबिया नु दस छड़िया सी ते इन्हें मैनू घरों कढ़ छड़िया सी। पहले बीबिया नु नहीं सी पता है कि गल का ते घरों कढ़ छड़िया सी ते बाद चो खलो के बोली जा ते जो वापस आया तो इन्हें कहा मैं किसी नु नहीं दसिया मैं ठीक हो गया ते उस तो बाद सारे ने उस तो बाद उस तो बाद सर फिर कुछ दिन निकले लेकिन कई बीबिया की गल्ला तो मैं लगता है कि इन्हें दस छड़िया सारे तो लेकिन मैं आती नहीं किसी ने कुछ नहीं दसिया तो उस तो बाद दिन गुजरते गुजरते सर हूँ रिश्ते कर रहा सा मैं कि शादी की तैयारी सी सर। हाँ जिम्मेदारी भी निभानी है। अच्छा फिर वो कैसे कर रहे थे तैयारी शादी की? सर बस वो भी दस ना शादी की सर बच्ची दरकत ज्यादा वादिया जा रही है लेकिन शादी की तैयारी कर रहा सा एक दो रिश्तिया क्या कि रिश्ते हुए एक उस बाद एक बीबी हैगी मुहल्ले की मुलकानी उन्हें कहा जी उन्हें पहले भी मेरी बेगम ने गल कर छी एक रिश्ता एक हैगा तो मैं वहा देनी तो मेरी बेगम ने कहा कि नहीं असी नहीं करना उधर तो उस तो बाद सर उन्हें फिर एक दिन लगई है नाल मैं उन्हें कहा कि रिश्ता मैं करना तो मैं क्या तू वहा दे मैं अगर समझ आ गया तो मैं कर देंगा उधर सर गए रिश्ता वेखन गए हैं तो उन्हें लेकिन मुंडा नहीं सी पसंद आया मैं उन्हें मेरी बेगम नहीं सी पसंद आया मेरी बेगम आँधी उधर नहीं करना है की करता सी मुंडा तो उन्हें सर पोलियो है सी। अच्छा तो दर्जियां का काम करता सी। अच्छा तो बोलता भी थोड़ा जा नहीं सी चाहिए तो वैसे भी चलता फिरता राहत भी नहीं सी चाहिए ठीक है तो मेरी बेगम ने कहा नहीं इधर नहीं करना तो मैं फिर तो उस तो बाद सर एक और रिश्ता देखा जी वह भी नहीं समझ आया मेरी बेगम से। अच्छा तो हाँ जी गल करते कराते जी महल की बीबी सी इन्हें पहले ही पता सी सारा कुछ तो बेगम भी जानती सी मैं भी जानता सी सर दोनों जानते सी बीवी बीवी एक जगह ते गए रिश्ता देखन गए ते एक रिश्ता कारा के बीबी ने वहाया सी एक बीबी ने वहाया सी रिश्ता। अच्छा।